ਨੀਤੀ ਆਯੋਗ ਨੇ ਸਾਲ 2024 ਤੋਂ ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇੱਕੋ ਵੇਲੇ ਦੋ ਗੇੜਾਂ ਵਿੱਚ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ। ਆਯੋਗ ਦੀ ਇਸ ਸਿਫਾਰਿਸ਼ ਦਾ ਮੁੱਖ ਮੰਤਵ ਚੋਣ ਅਮਲ ਦੇ ਦੌਰਾਨ ਪ੍ਰਸ਼ਾਸਨ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘਟਾਉਣਾ ਹੋਵੇਗਾ। ਮੁਲਕ ਦੇ ਵਿੱਚ ਨੀਤੀਆਂ ਲਾਗੂ ਕਰਨ ਦੇ ਮਾਹਿਰ ਆਯੋਗ ਨੇ ਆਖਿਆ ਹੈ ਕਿ ਇਸ ਤਜਵੀਜ਼ ਨੂੰ ਲਾਗੂ ਕਰਨ ਦੇ ਲਈ ਕੁਝ ਰਾਜਾਂ ਦੀਆਂ ਅਸੈਂਬਲੀਆਂ ਦੇ ਕਾਰਜਕਾਲ ਨੂੰ ਘਟਾਇਆ ਵਧਾਇਆ ਜਾਣਾ ਲਾਜ਼ਮੀ ਹੋ ਸਕਦਾ ਹੈ। ਆਯੋਗ ਨੇ ਇਸ ਕੰਮ ਦੇ ਲਈ ਚੋਣ ਕਮਿਸ਼ਨ ਨੂੰ ਨੋਡਲ ਏਜੰਸੀ ਥਾਪਿਆ ਹੈ ਜੋ ਕਿ ਇੱਕ ਸਾਰ ਚੋਣਾਂ ਬਾਰੇ ਰਣਨੀਤੀ ਉਲੀਕਣ ਦੇ ਲਈ ਸੰਬੰਧਿਤ ਧਿਰਾਂ ਦੀ ਸ਼ਮੂਲੀਅਤ ਵਾਲੇ ਵਰਕਿੰਗ ਗਰੁੱਪ ਦੀ ਸਥਾਪਤੀ ਲਈ ਦਿੱਤੇ ਜਾਣ ਵਾਲੇ ਸੁਝਾਵਾਂ ਅਤੇ ਸਿਫਾਰਿਸ਼ਾਂ ਤੇ ਨਜ਼ਰ ਰੱਖੇਗੀ। ਤਿੰਨ ਸਾਲ 2017 ਤੋਂ 2020 ਦੇ ਐਕਸ਼ਨ ਏਜੰਡੇ ਦੇ ਖਰੜੇ ਦੇ ਮੁਤਾਬਿਕ ਇਸ ਸੰਬੰਧੀ ਰਿਪੋਰਟ 6 ਮਹੀਨਿਆਂ ਅੰਦਰ ਫਾਈਨਲ ਕੀਤੀ ਜਾਵੇਗੀ, ਜਦੋਂ ਕਿ ਅੰਤਿਮ ਖਾਕਾ ਅਗਲੇ ਸਾਲ ਮਾਰਚ ਵਿੱਚ ਤਿਆਰ ਹੋਵੇਗਾ।